ਤੋਂ ਆਪਾਂ ਗੱਲ ਕਰ ਰਹੇ ਸੀਗੇ ਜ਼ਿੰਦਗੀ ਦੇ ਵਿੱਚ ਜਿਹੜਾ ਨਾ ਟਾਸਕ ਹੋਣਾ ਚਾਹੀਦਾ ਅਤੇ ਫਿਰ ਜ਼ਿੰਦਗੀ ਜਿਹੜੀ ਹੈ ਨਾ ਬੜੀ ਸੋਹਣੀ ਲੰਘ ਜਾਂਦੀ ਹੈ ਅਤੇ ਹਰ ਨਵੀਂ ਸਵੇਰ ਨਾ ਇੱਕ ਨਵੀਂ ਖੁਸ਼ੀ ਲੈ ਕੇ ਆਉਂਦੀ ਹੈ। ਭਾਈ ਸਵੇਰ ਉੱਠ ਕੇ ਯੋਗਾ ਕਰਿਆ ਕਰੋ, ਕਈਆਂ ਨੂੰ ਯੋਗਾ ਲਾਫੋ ਤੁਸੀਂ ਤੇੜੇ ਐਡੇ ਕੱਟੜ ਸਾਡੇ ਬੰਦਰ ਅਜੇ ਮਾਤਾ ਬਲਜੀਤ ਕੌਰ ਜੀ ਗੁਰੂ ਨਾਨਕ ਯੋਗ ਹੈ, ਯੋਗ ਤਾਂ ਹੈ ਹੀ ਨਹੀਂ ਜੀ ਗੁਰਮੁਖ ਚ, ਉਹ ਵੀਰ ਮੇਰਿਆ ਐਕਸਰਸਾਈਜ਼ ਕਰ ਲਿਆ ਕਰੋ, ਉਹਨੂੰ ਯੋਗ ਕਰ ਲਿਆ ਕਰ, ਕੀ ਫਰਕ ਪੈਂਦਾ। ਅਸੀਂ ਤਾਂ ਐਨੇ ਦੱਕਿਆ ਨੁਸੀਆਂ ਜਿਹੜਾ ਗੱਲ ਤੇ ਬਹਿਸ ਕਰਕੇ ਆਪਣਾ ਦਿਮਾਗ ਆਪਣਾ ਖਰਾਬ ਕਰਨ ਦੂਜਿਆਂ ਦਾ ਹੀ ਕਰਦੇ ਹਾਂ। ਮੈਂ ਕਹਿੰਦਾ ਸਾਡੇ 'ਚ ਕਈ ਬੰਦੇ ਹੈਕ ਰਹਿ ਗਏ, ਮੈਂਟਲ ਨੇ, ਹਰ ਗੱਲ 'ਤੇ ਨੁਕਤਾ ਜੀ, ਹਰ ਗੱਲ 'ਤੇ ਨੁਕਤਾ ਜੀ ਨਹੀਂ। ਉਹ ਪੜੀ ਉਹ ਤੁਸੀਂ ਤਾਂ ਫਿਰ ਉੱਠ ਕੇ ਕਰਨਾ ਕੱਖ ਨਹੀਂ, ਜਿਹੜੇ ਕਰਦੇ ਨੇ ਯੋਗਾ ਕਰਦੇ ਜੀ, ਇਹ ਕੀ ਕਰਦੇ ਜੀ, ਜਬੜੀਆਂ ਮਾਰੀ ਜਾਂਦੀਆਂ ਨੇ। ਅਤੇ ਭਾਈ ਯੋਗਾ ਕਰੋ, ਐਕਸਰਸਾਈਜ਼ ਕਰੋ, ਸੈਰ ਕਰੋ ਅਤੇ ਆਕਸੀਜਨ ਲਓ, ਮਨ ਅੱਛਾ ਹੋ ਜਾਂਦਾ, ਡਿਪਰੈਸ਼ਨ ਤਾਂ ਰਹਿੰਦਾ ਹੀ ਕੋਈ, ਅਤੇ ਸਿਰ ਉੱਠ ਕੇ ਤਾੜੀਆਂ ਮਾਰੋ, ਹੋਰ ਕਈ ਆਸਣ ਹੁੰਦੇ ਨੇ, ਅਤੇ ਉਸ ਤੋਂ ਬਾਅਦ ਤੁਸੀਂ ਆਪਣਾ ਨਹਾ ਧੋ ਕੇ ਗੁਰੂ ਘਰ ਜਾਓ ਅਤੇ ਉੱਥੇ ਜਾ ਕੇ ਕੀਰਤਨ ਜਾਂ ਕਥਾ ਸੁਣ ਲਓ ਅਤੇ ਕੋਈ ਹੱਥੀਂ ਸੇਵਾ ਵੀ ਕਰ ਲਓ ਅਤੇ ਜੋ ਸੁਣਦੇ ਹੋ ਉੱਥੇ ਘਰ ਆ ਕੇ ਸੁਣਾ ਦਿਓ ਅਤੇ ਕੋਈ ਬੱਚਿਆਂ ਕਲਾਸਾਂ ਲਾ ਲਿਆ ਕਰੋ, ਕੋਈ ਸੰਗੀਤ ਦੀਆਂ ਕਲਾਸਾਂ ਲਾ ਲਿਆ ਕਰੋ, ਇਸ ਤਰ੍ਹਾਂ ਕੁਛ ਨਾ ਕੁਛ ਨਾ ਅੱਛਾ ਕਰਦੇ ਰਿਹਾ ਕਰੋ। ਮੇਰਾ ਖਿਆਲ ਅੱਜ ਵਾਸਤੇ ਇੰਨਾ ਹੀ ਕਾਫੀ ਹੈ। ਇਹ ਮੈਂ ਪ੍ਰੋਗਰਾਮ ਦਾ ਨਾਂ ਰੱਖਿਆ ਵੈਲਨੈਸ ਲਿਵਿੰਗ ਪ੍ਰੋਗਰਾਮ ਫਾਰ ਟੂਡੇ। ਉਹ ਮੈਂ ਤੁਹਾਨੂੰ ਆਪਣੇ ਫੈਨਸ ਨੂੰ ਪੁੱਛ ਲੈਣਾ ਕਿ ਮੇਰੀ ਸਟਾਕ ਤੁਹਾਡੇ 'ਤੇ ਕੀ ਅਸਰ ਹੋਇਆ, ਔਰ ਕੱਲ੍ਹ ਸਾਰੇ ਦਿਨ 'ਚ ਤੁਸੀਂ ਕੋਈ ਇੱਕ ਕੰਮ ਨੋਟ ਕਰ ਲਿਆ ਜੇ ਜਿਹੜਾ ਤੁਸੀਂ ਰੂਟੀਨ ਤੋਂ ਹਟ ਕੇ ਕੀਤਾ ਹੋਵੇ ਅਤੇ ਜਿਹੜੇ ਮੈਨੂੰ ਦੱਸਣਗੇ ਵੋਇਸ ਮੈਸੇਜ ਰਾਹੀਂ ਜਾਂ ਕੋਈ ਤਰੀਕੇ ਨਾਲ, ਆਈ ਵਿਲ ਸੈਂਡ ਪ੍ਰਾਈਜ਼ ਮਨੀ ਫੋਰ ਦੈਮ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ।